ਪੁਲਿਸ ਹਿਰਾਸਤ ਵਿੱਚ ਨਜ਼ਰ ਆ ਰਿਹਾ ਉਹੀ ਕਾਤਲ ਹੈ ਜਿਸਨੇ ਇੱਕ ਭਰਾ ਦੇ ਨਾਲ ਮਿਲ ਕੇ ਉਸਦੇ ਭਰਾ ਭਰਜਾਈ ਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ। ਭਰਾ ਭਰਜਾਈ ਦਾ ਕਤਲ ਕਰਕੇ ਲਾਸ਼ਾਂ ਨਹਿਰ 'ਚ ਸੁੱਟਿਆ ਸੀ ਅਤੇ 2 ਸਾਲਾਂ ਦੇ ਮਾਸੂਮ ਭਤੀਜੇ ਨੂੰ ਜ਼ਿੰਦਾ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਵੱਡੇ ਭਰਾ ਦਾ ਕਤਲ ਕਰਨ ਵਾਲੇ ਛੋਟੇ ਭਰਾ ਨੂੰ ਲਖਵੀਰ ਸਿੰਘ ਨੂੰ ਪੁਲਿਸ ਨੇ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸਦਾ ਇੱਕ ਸਾਥੀ ਰਾਮ ਸਰੂਪ ਲਗਾਤਾਰ ਫਰਾਰ ਚੱਲ ਰਿਹਾ ਸੀ, ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ। ਵਾਰਦਾਤ ਵਾਲੇ ਦਿਨ ਤੋਂ ਹੀ ਜੋ ਸਵਿਫਟ ਕਾਰ ਗਾਇਬ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਤਲ ਦੇ ਵੱਲੋਂ ਲਗਾਤਾਰ ਆਪਣੇ ਠਿਕਾਣੇ ਬਦਲੇ ਜਾ ਰਹੇ ਸਨ, ਪਰ ਪੁਲਿਸ ਦੇ ਵੱਲੋਂ ਇਸ ਨੂੰ ਟਰੈਕ ਕੀਤਾ ਜਾ ਰਿਹਾ ਸੀ ਤੇ ਆਖਿਰਕਾਰ ਇਸ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਵਾਰਦਾਤ 10 ਅਕਤੂਬਰ ਨੂੰ ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਵਾਪਰੀ ਸੀ, ਜਿੱਥੇ ਇੱਕ ਭਰਾ ਭਰਜਾਈ ਅਤੇ ਮਾਸੂਮ 2 ਸਾਲਾ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭਰਾ ਭਰਜਾਈ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਗਿਆ ਸੀ, ਜਦਕਿ 2 ਸਾਲਾਂ ਦੇ ਮਾਸੂਮ ਨੂੰ ਜ਼ਿੰਦਾ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਫਿਰ ਪੁੱਛ ਪੜਤਾਲ ਹੋਏਗੀ। ਮਿਤੀ 10/10/2023 ਨੂੰ ਗਲੋਬਲ ਸਿਟੀ ਝੁੰਗੀਆਂ ਰੋਡ ਖਰੜ ਉੱਥੇ ਇੱਕ ਟ੍ਰਿਪਲ ਮਰਡਰ ਦੀ ਵਾਰਦਾਤ ਹੋਈ ਸੀਗੀ। ਇੱਕ ਸਤਵੀਰ ਸਿੰਘ ਨਾਮ ਦਾ ਵਿਅਕਤੀ, ਉਹਦੀ ਵਾਈਫ ਅਮਨਦੀਪ ਕੌਰ ਅਤੇ ਉਹਨਾਂ ਦਾ ਇੱਕ ਛੋਟਾ ਬੱਚਾ, ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ। ਉਸ ਉਪਰੰਤ ਮੁਕੱਦਮਾ ਨੰਬਰ 227/23 PS ਸਦਰ ਖਰੜ ਦਾ ਰਜਿਸਟਰ ਕੀਤਾ ਗਿਆ ਸੀਗਾ। ਪੁਲਿਸ ਨੇ ਕੁਛ ਘੰਟਿਆਂ ਦੇ ਵਿੱਚ ਵਿੱਚ ਹੀ ਜੋ ਪ੍ਰਾਈਮ ਕਿਊਜ਼ ਸੀਗਾ ਲਖਵੀਰ ਸਿੰਘ, ਪਿੰਡ ਭੰਦੇਰ ਥਾਣਾ ਧਨੌਲਾ ਜ਼ਿਲ੍ਹਾ ਬਰਨਾਲੇ ਦਾ ਰਹਿਣ ਵਾਲਾ ਸੀਗਾ, ਉਹਨੂੰ ਨੈਬ ਕਰ ਲਿਆ ਸੀਗਾ ਕੁਛ ਹੀ ਘੰਟਿਆਂ ਦੇ ਵਿੱਚ। ਅਤੇ ਉਹਦੇ ਤੋਂ ਵੈਪਨ, ਜਿਹੜੇ ਵੈਪਨ ਆਫ ਓਫੈਂਸ ਡਰੋਡ ਸੀਗੀ ਲੋਹੇ ਦੀ ਕਹੀ ਸੀ, ਉਹ ਰਿਕਵਰ ਕਰ ਲਏ ਸੀਗੇ। ਇਸ ਵਾਰਦਾਤ 'ਚ ਟੋਟਲ 2 ਦੋਸ਼ੀ ਸੀਗੇ। ਇੱਕ ਰਾਮ ਸਰੂਪ ਜੋ ਕਿ ਜ਼ਿਲ੍ਹਾ ਰੋਪੜ ਪਿੰਡ ਧਨੌਲੀ ਦਾ ਰਹਿਣ ਵਾਲਾ ਸੀਗਾ, ਉਹ ਅਬਸਕੌਂਡਿੰਗ ਸੀਗਾ ਕਾਫੀ ਟਾਈਮ ਤੋਂ। ਉਸ ਟਾਈਮ ਤੋਂ ਅਸੀਂ ਕਾਫੀ ਐਫਰਟਸ ਕਰ ਰਹੇ ਸੀਗੇ, ਕਈ ਜਗ੍ਹਾ 'ਤੇ ਰੇਡ ਕੀਤੀ, ਹਿਮਾਚਲ, ਹਰਿਆਣਾ, ਈਵਨ ਰਾਜਸਥਾਨ ਤੱਕ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਸਦਰ ਥਾਣੇ ਦੀ ਟੀਮ ਨੇ। ਅਤੇ ਪਰੰਤੂ ਪਿਛਲੇ ਕੁਛ ਟਾਈਮ 'ਚ ਅਸੀਂ ਹਿਊਮਨ ਅਤੇ ਟੈਕਨੀਕਲ ਸਰਵੇਲੈਂਸ ਦੇ 'ਤੇ ਸਾਨੂੰ ਕੋਈ ਇਨਪੁੱਟ ਮਿਲੀ ਸੀਗੀ। ਬੇਸਡ ਔਨ ਦੈਟ ਟਿਪ ਆਫ ਸਾਡੀ ਟੀਮ ਨੇ ਇਹਨੂੰ ਜੋ ਹੈ ਸੈਕਿੰਡ ਅਕਿਊਜ਼ਡ ਆ ਇਹਨੂੰ ਹੈਦਰਾਬਾਦ ਤੋਂ ਤੇਲੰਗਾਨਾ ਤੋਂ ਜੋ ਆ ਨੈਬ ਕਰ ਲਿਆ ਸੀਗਾ ਅਤੇ ਕਰਕੇ ਇੱਥੇ ਜੱਜ ਸਾਹਿਬ ਦੇ ਅਸੀਂ ਲੋਕਲ ਕੋਰਟ ਪੇਸ਼ ਕਰਕੇ ਇਹਦਾ 16 ਤਰੀਕ ਤੱਕ ਧਰਮਾਨ ਹਾਸਲ ਕੀਤਾ। ਅਤੇ ਇਹਦੇ ਤੋਂ ਜਦੋਂ ਇਹਨਾਂ ਨੇ ਮਰਡਰ ਕਰਨ ਤੋਂ ਬਾਅਦ ਜਿਹੜੀਆਂ ਲਾਸ਼ਾਂ ਖੁਰਦਵਰਦ ਕਰਨ ਲਈ ਜਿਹੜੀ ਕਾਰ ਯੂਜ਼ ਕੀਤੀ ਸੀ ਸਵਿਫਟ ਕਾਰ, ਉਹ ਵੀ ਇਸ ਤੋਂ ਰਿਕਵਰ ਕਰ ਲਈ ਹੈ। ਬਾਕੀ ਦੌਰਾਨੇ ਪੁਲਿਸ ਰਿਮਾਂਡ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਚੀਜ਼ਾਂ ਜੋ ਵਾਰਦਾਤ 'ਚ ਅਗਰ ਹੋਰ ਕੋਈ ਐਂਗਲ, ਕੋਈ ਮੋਟਿਵ ਜਾਂ ਹੋਰ ਉਹ ਚੀਜ਼ਾਂ ਬਾਰੇ ਅਸਰਟੇਨ ਕੀਤਾ ਜਾਵੇ। ਪੁਲਿਸ ਹਿਰਾਸਤ ਵਿੱਚ ਨਜ਼ਰ ਆ ਰਿਹਾ ਉਹੀ ਕਾਤਲ ਹੈ ਜਿਸਨੇ ਇੱਕ ਭਰਾ ਦੇ ਨਾਲ ਮਿਲ ਕੇ ਉਸਦੇ ਭਰਾ ਭਰਜਾਈ ਤੇ ਭਤੀਜੇ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ। ਭਰਾ ਭਰਜਾਈ ਦਾ ਕਤਲ ਕਰਕੇ ਲਾਸ਼ਾਂ ਨਹਿਰ 'ਚ ਸੁੱਟਿਆ ਸੀ ਅਤੇ 2 ਸਾਲਾਂ ਦੇ ਮਾਸੂਮ ਭਤੀਜੇ ਨੂੰ ਜ਼ਿੰਦਾ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਵੱਡੇ ਭਰਾ ਦਾ ਕਤਲ ਕਰਨ ਵਾਲੇ ਛੋਟੇ ਭਰਾ ਨੂੰ ਲਖਵੀਰ ਸਿੰਘ ਨੂੰ ਪੁਲਿਸ ਨੇ ਉਸੇ ਦਿਨ ਗ੍ਰਿਫਤਾਰ ਕਰ ਲਿਆ ਸੀ, ਜਦਕਿ ਉਸਦਾ ਇੱਕ ਸਾਥੀ ਰਾਮ ਸਰੂਪ ਲਗਾਤਾਰ ਫਰਾਰ ਚੱਲ ਰਿਹਾ ਸੀ, ਜਿਸ ਨੂੰ ਹੁਣ ਪੁਲਿਸ ਨੇ ਕਾਬੂ ਕਰ ਲਿਆ। ਵਾਰਦਾਤ ਵਾਲੇ ਦਿਨ ਤੋਂ ਹੀ ਜੋ ਸਵਿਫਟ ਕਾਰ ਗਾਇਬ ਸੀ ਉਹ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਤਲ ਦੇ ਵੱਲੋਂ ਲਗਾਤਾਰ ਆਪਣੇ ਠਿਕਾਣੇ ਬਦਲੇ ਜਾ ਰਹੇ ਸਨ, ਪਰ ਪੁਲਿਸ ਦੇ ਵੱਲੋਂ ਇਸ ਨੂੰ ਟਰੈਕ ਕੀਤਾ ਜਾ ਰਿਹਾ ਸੀ ਤੇ ਆਖਿਰਕਾਰ ਇਸ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਵਾਰਦਾਤ 10 ਅਕਤੂਬਰ ਨੂੰ ਮੋਹਾਲੀ ਦੇ ਸਨੀ ਇਨਕਲੇਵ ਦੇ ਵਿੱਚ ਵਾਪਰੀ ਸੀ, ਜਿੱਥੇ ਇੱਕ ਭਰਾ ਭਰਜਾਈ ਅਤੇ ਮਾਸੂਮ 2 ਸਾਲਾ ਭਤੀਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਭਰਾ ਭਰਜਾਈ ਨੂੰ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਮਾਰ ਦਿੱਤਾ ਗਿਆ ਸੀ, ਜਦਕਿ 2 ਸਾਲਾਂ ਦੇ ਮਾਸੂਮ ਨੂੰ ਜ਼ਿੰਦਾ ਹੀ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਫਿਰ ਪੁੱਛ ਪੜਤਾਲ ਹੋਏਗੀ। ਮਿਤੀ 10-10-2023 ਨੂੰ ਗਲੋਬਲ ਸਿਟੀ ਝੁੰਗੀਆਂ ਰੋਡ ਖਰੜ ਉੱਥੇ ਇੱਕ ਟ੍ਰਿਪਲ ਮਰਡਰ ਦੀ ਵਾਰਦਾਤ ਹੋਈ ਸੀਗੀ। ਇੱਕ ਸਤਵੀਰ ਸਿੰਘ ਨਾਮ ਦਾ ਵਿਅਕਤੀ, ਉਹਦੀ ਵਾਈਫ ਅਮਨਦੀਪ ਕੌਰ ਅਤੇ ਉਹਨਾਂ ਦਾ ਇੱਕ ਛੋਟਾ ਬੱਚਾ, ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀਗਾ। ਉਸ ਉਪਰੰਤ ਮੁਕੱਦਮਾ ਨੰਬਰ 227/23 PS ਸਦਰ ਖਰ ਦਾ ਰਜਿਸਟਰ ਕੀਤਾ ਗਿਆ ਸੀਗਾ। ਪੁਲਿਸ ਨੇ ਕੁਛ ਘੰਟਿਆਂ ਦੇ ਵਿੱਚ ਵਿੱਚ ਹੀ ਜੋ ਪ੍ਰਾਈਮ ਅਕਿਊਜ਼ ਸੀਗਾ ਲਖਵੀਰ ਸਿੰਘ ਪਿੰਡ ਭੰਡੇਰ ਥਾਣਾ ਧਨੌਲਾ ਜ਼ਿਲ੍ਹਾ ਬਰਨਾਲੇ ਦਾ ਰਹਿਣ ਵਾਲਾ ਸੀਗਾ, ਉਹਨੂੰ ਨੈਬ ਕਰ ਲਿਆ ਸੀਗਾ ਕੁਛ ਹੀ ਘੰਟਿਆਂ ਦੇ ਵਿੱਚ। ਅਤੇ ਉਹਦੇ ਤੋਂ ਵੈਪਨ, ਜਿਹੜੇ ਵੈਪਨ ਆਫ ਓਫੈਂਸ ਡਰੋਡ ਸੀਗੀ ਲੋਹੇ ਦੀ ਕਹੀ ਸੀ, ਉਹ ਰਿਕਵਰ ਕਰ ਲਏ ਸੀਗੇ। ਇਸ ਵਾਰਦਾਤ 'ਚ ਟੋਟਲ ਦੋ ਦੋਸ਼ੀ ਸੀਗੇ, ਇੱਕ ਰਾਮ ਸਰੂਪ ਜੋ ਕਿ ਜ਼ਿਲ੍ਹਾ ਰੋਪੜ ਪਿੰਡ ਧਨੌਲੀ ਦਾ ਰਹਿਣ ਵਾਲਾ ਸੀਗਾ, ਉਹ ਅਬਸਕੋਂਡਿੰਗ ਸੀਗਾ ਕਾਫੀ ਟਾਈਮ ਤੋਂ। ਉਸ ਟਾਈਮ ਤੋਂ ਅਸੀਂ ਕਾਫੀ ਐਫਰਟਸ ਕਰ ਰਹੇ ਸੀਗੇ, ਕਈ ਜਗ੍ਹਾ 'ਤੇ ਰੇਡ ਕੀਤੀ, ਹਿਮਾਚਲ, ਹਰਿਆਣਾ, ਈਵਨ ਰਾਜਸਥਾਨ ਤੱਕ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਸਦਰ ਥਾਣੇ ਦੀ ਟੀਮ ਨੇ। ਅਤੇ ਪਰੰਤੂ ਪਿਛਲੇ ਕੁਛ ਟਾਈਮ 'ਚ ਅਸੀਂ ਹਿਊਮਨ ਅਤੇ ਟੈਕਨੀਕਲ ਸਰਵੇਲੈਂਸ ਦੇ 'ਤੇ ਸਾਨੂੰ ਕੋਈ ਇਨਪੁੱਟ ਮਿਲੀ ਸੀਗੀ। ਬੇਸਡ ਔਨ ਦੈਟ ਟਿਪ ਆਫ ਸਾਡੀ ਟੀਮ ਨੇ ਇਹਨੂੰ ਜੋ ਹੈ ਸੈਕਿੰਡ ਅਕਿਊਜ਼ਡ ਆ ਇਹਨੂੰ ਹੈਦਰਾਬਾਦ ਤੋਂ ਤਲੰਗਨਾ ਤੋਂ ਜੋ ਨੈਬ ਕਰ ਲਿਆ ਸੀਗਾ ਅਤੇ ਕਰਕੇ ਇੱਥੇ ਜੱਜ ਸਾਹਿਬ ਦੇ ਅਸੀਂ ਲੋਕਲ ਕੋਰਟ ਪੇਸ਼ ਕਰਕੇ ਇਹਦਾ 16 ਤਰੀਕ ਤੱਕ ਰਿਮਾਂਡ ਹਾਸਲ ਕੀਤਾ। ਅਤੇ ਇਹਦੇ ਤੋਂ ਜਦੋਂ ਇਹਨਾਂ ਨੇ ਮਰਡਰ ਕਰਨ ਤੋਂ ਬਾਅਦ 'ਚ ਜਿਹੜੀਆਂ ਲਾਸ਼ਾਂ ਖੁਰਦਵੁਰਦ ਕਰਨ ਲਈ ਜਿਹੜੀ ਕਾਰ ਯੂਜ਼ ਕੀਤੀ ਸੀ ਸਵਿਫਟ ਕਾਰ, ਉਹ ਵੀ ਇਸ ਤੋਂ ਰਿਕਵਰ ਕਰ ਲਈ ਹੈ। ਬਾਕੀ ਦੌਰਾਨੇ ਪੁਲਿਸ ਰਿਮਾਂਡ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਚੀਜ਼ਾਂ ਜੋ ਵਾਰਦਾਤ 'ਚ ਅਗਰ ਹੋਰ ਕੋਈ ਐਂਗਲ, ਕੋਈ ਮੋਟਿਵ ਜਾਂ ਹੋਰ ਉਹ ਚੀਜ਼ਾਂ ਬਾਰੇ ਅਸਰਟੇਨ ਕੀਤਾ ਜਾਵੇਗਾ।